ਹੁੰਦਾ ਸੀ ਜ਼ਿੰਦਗੀ ਜੀਣ ਦਾ ਵੱਖਰਾ ਜਿਹਾ ਸਟਾਈਲ ਹੁੰਦਾ ਸੀ ਸਾਦੇ ਜਿਹੇ ਘਰ ਨਾਲ ਪਰਿਵਾਰ ਆਬਾਦ ਸੀ ਚੁੱਲ੍ਹੇ ਮੂਰੇ ਰੋਟੀ ਖਾਣ ਦਾ ਵੱਖਰਾ ਹੀ ਸਵਾਦ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਕੌਰ ਤੇ ਸ਼ੁਨਕਾਟਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਅਸੀਂ ਪਿੰਡ ਪਹੁੰਚੇ ਹੋਈਆਂ ਪੰਡਾਲ 'ਚ ਜਿੱਥੇ ਤੀਆਂ ਦੀਆਂ ਰੌਣਕਾਂ ਸੱਜੀਆਂ ਹੋਈਆਂ ਨੇ ਸੋ ਆਪਾਂ ਮੈਂ ਇੱਥੇ ਮੁਟਿਆਰਾਂ ਦੇ ਵਿੱਚ ਪਹੁੰਚ ਚੁੱਕੀ ਹਾਂ ਜਿੱਥੇ ਤੁਹਾਨੂੰ ਗਿੱਧਾ ਪਾ ਕੇ ਦਿਖਾਣਗੇ ਜਿਵੇਂ ਕਿ ਅਸੀਂ ਤੁਹਾਨੂੰ ਹੋਰਾਂ ਪਿੰਡਾਂ 'ਚ ਵੀ ਜਾ ਕੇ ਦਿਖਾਉਂਦੇ ਰਹੇ ਹਾਂ ਕਿ ਉੱਥੇ ਤੀਆਂ ਜਦੋਂ ਲੱਗਦੀਆਂ ਸੀਗੀਆਂ ਜਾਨ ਕਿ ਸਾਉਣ ਦਾ ਮਹੀਨਾ ਜਦੋਂ ਸ਼ੁਰੂ ਹੁੰਦਾ ਤਾਂ ਤੀਆਂ ਦਾ ਜਿਹੜਾ ਤਿਉਹਾਰ ਹੈ ਉਹ ਮਨਾਉਣਾ ਸ਼ੁਰੂ ਹੋ ਜਾਂਦਾ ਸੋ ਆਪਾਂ ਵੀ ਅੱਜ ਪੰਡਾਲ ਪਿੰਡ 'ਚ ਪਹੁੰਚੇ ਹੋਏ ਹਾਂ ਜਿੱਥੇ ਤੀਆਂ ਸੱਜੀਆਂ ਹੋਈਆਂ ਨੇ ਸੋ ਤੁਸੀਂ ਵੀ ਕਰੋ ਇਹਨਾਂ ਤੀਆਂ ਦਾ ਗਿੱਧਾ ਇੰਜੋਏ ਬਾਬਾ ਨਾਨਕਾ ਜਾਈ ਬਾਬਾ ਨਾਨਕਾ ਇਹੋ ਜਈਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਇਹੋ ਜਈਆਂ ਖੁਸ਼ੀਆਂ ਲੈ ਆਈ
ਔਰਤਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਤੋਂ ਪੁੱਛਦੇ ਆ ਕਿ ਉਹਨਾਂ ਨੂੰ ਤੀਆਂ ਦਾ ਜਿਹੜਾ ਇਹ ਤਿਹਾਰ ਜੋ ਸੈਲੀਬ੍ਰੇਟ ਕਰ ਰਹੇ ਨੇ ਉਹਨਾਂ ਨੂੰ ਕਿਵੇਂ ਦਾ ਲੱਗ ਰਿਹਾ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਜੀ ਅੱਛਾ ਮੈਮ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸੁਖਵਿੰਦਰ ਕੌਰ ਹੈ ਅੱਛਾ ਜੀ ਤੇ ਮੈਮ ਆ ਜਿਹੜਾ ਤੀਆਂ ਦਾ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਤੁਹਾਨੂੰ ਇੱਥੇ ਆ ਕੇ ਕਿਵੇਂ ਦਾ ਲੱਗ ਰਿਹਾ ਸਾਨੂੰ ਬਹੁਤ ਵਧੀਆ ਲੱਗਾ ਸਾਡੇ ਪਿੰਡ ਵਿੱਚ ਪਹਿਲਾ ਤਿਹਾਰ ਆ ਬਹੁਤ ਵਧੀਆ ਲੱਗਾ ਸਾਨੂੰ ਇਹ ਤਿਹਾਰ ਮਨਾ ਕੇ ਹਾਂਜੀ ਠੀਕ ਹੈ ਤੇ ਤੁਹਾਨੂੰ ਪਤਾ ਹੈ ਕਿ ਅੱਜ ਦੀਆਂ ਤੀਆਂ 'ਚ ਤੇ ਪਿਛਲੇ ਜ਼ਮਾਨੇ ਦੀਆਂ ਤੀਆਂ ਵਿੱਚ ਤੁਹਾਨੂੰ ਕਿੰਨਾ ਕੁ ਫਰਕ ਨਜ਼ਰ ਆਉਂਦਾ ਹਾਂਜੀ ਹੁਣ ਤਾਂ ਬਹੁਤ ਫਰਕ ਆ ਪਿੱਛੇ ਚਰਖਾ ਸੀ ਮਧਾਣੀਆਂ ਸੀ ਸਭ ਕੁਝ ਸੀ ਪਰ ਅੱਜ ਦੀਆਂ ਤੀਆਂ ਵਿੱਚ ਬਸ ਗਿੱਧਾ ਆ ਭੰਗੜਾ ਆ ਬਸ ਅੱਛਾ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਤੀਆਂ ਵਿੱਚ ਸਭ ਤੋਂ ਵਧੀਆ ਚੀਜ਼ ਕਿਹੜੀ ਲੱਗਦੀ ਹੈ ਸਾਰਿਆਂ ਨਾਲ ਬਹਿ ਕੇ ਗੱਪਸ਼ਪ ਮਾਰਨਾ ਗਿੱਧਾ ਭੰਗੜਾ ਅੱਛਾ ਮਤਲਬ ਕਿ ਉਹ ਪੁਰਾਣਾ ਰਿਵਾਜ ਸੀਗਾ ਪੁਰਾਣੇ ਤੁਸੀਂ ਓਲਡ ਜਿਹੜਾ ਜ਼ਮਾਨਾ ਸੀਗਾ ਹਨਾ ਮਤਲਬ ਕਿ ਤੀਆਂ ਦਾ ਮੇਨ ਮਕਸਦ ਇਹ ਹੁੰਦਾ ਸੀ ਆਪਣੇ ਦੁੱਖ ਸੁੱਖ ਸਾਂਝੇ ਕਰਨੇ ਮਤਲਬ ਕਿ ਉਹ ਤੁਸੀਂ ਹੁਣ ਵੀ ਇਹੀ ਚੀਜ਼ ਕਰ ਰਹੇ ਹੋ ਹਾਂਜੀ ਹਾਂਜੀ ਸੋ ਬਹੁਤ ਬਹੁਤ ਸ਼ੁਕਰੀਆ ਜੀ ਘੱਟ ਘੱਟ ਕੇ ਲਿਆਂ ਦੇ ਡੇਕ ਦੇ ਡੰਡੇ ਨੀ ਡਬਈਏ ਚੰਦਰੀਏ ਲੈ ਗਏ ਰੌਣਕੀ ਬੰਦੇ ਕਿਆ ਬਾਤ ਹੈ ਜੀ ਰੌਣਕੀ ਬੰਦੇ ਲੈ ਗਏ ਸੋ ਬਹੁਤ ਸੋਹਣੀ ਸੀ ਤੁਹਾਡੀ ਬੋਲੀ ਵੀ ਸੋ ਦੋਸਤੋ ਤੁਸੀਂ ਇੰਜੋਏ ਕਰ ਰਹੇ ਸੀ ਪੰਡਾਲ ਪਿੰਡ ਦੇ ਤੀਆਂ ਦਾ ਜਿਹੜਾ ਗਿੱਧਾ ਸੀਗਾ ਅਤੇ ਅਗਰ ਜੇ ਤੁਸੀਂ ਵੀ ਇਸੇ ਤਰ੍ਹਾਂ ਦਾ ਹੋਰ ਗਿੱਧਾ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਬਣੇ ਰਹੋ ਛਨਕਾਟਾ ਟੀਵੀ ਦੇ ਨਾਲ ਤਾਂ ਉਦੋਂ ਤੱਕ ਮੈਨੂੰ ਗੁਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ